ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 1995 ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜੀਵਨ ਤੇ ਆਧਾਰਿਤ ਇਹ ਫਿਲਮ ਪਹਿਲਾਂ ਨਾਮ ਨੂੰ ਲੈ ਕੇ ਵਿਵਾਦ ਜਿਹੜਾ ਸ਼ੁਰੂ ਹੋਇਆ, ਜਿਸ ਤੋਂ ਬਾਅਦ ਨਾਮ ਬਦਲਿਆ ਗਿਆ ਔਰ ਹੁਣ ਇੱਕ ਨਹੀਂ ਦੋ ਨਹੀਂ ਬਲਕਿ 85 ਦੇ ਕਰੀਬ ਜਿਹੜੇ ਸੀਨ ਨੇ ਉਹਨਾਂ ਦੇ ਉੱਪਰ ਕੈਂਚੀ ਚਲਾਈ ਗਈ ਆ, ਉਹਨਾਂ ਨੂੰ ਇਤਰਾਜ਼ਯੋਗ ਕਹਿ ਕੇ ਫਿਲਮ ਦੇ ਵਿੱਚੋਂ ਕੱਟ ਦਿੱਤਾ ਗਿਆ ਔਰ ਹਾਲੇ ਤੱਕ ਵੀ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਪਰਮਿਸ਼ਨ ਜਿਹੜੀ ਹੈ ਨਹੀਂ ਮਿਲੀ ਹੈ। ਸੋ ਦੱਸ ਦਈਏ ਕਿ 1984 ਤੋਂ ਲੈ ਕੇ 1995 ਤੱਕ ਦਾ ਉਹ ਕਾਲਾ ਦੌਰ ਜਿਸ ਵਿੱਚ ਲਗਭਗ 25,000 ਦੇ ਕਰੀਬ ਪੰਜਾਬ ਦੇ ਜਿਹੜੇ ਨੌਜਵਾਨ ਨੇ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ, ਜਿਨ੍ਹਾਂ ਦੀ ਭਾਲ ਦੇ ਵਿੱਚ ਜਸਵੰਤ ਸਿੰਘ ਖਾਲੜਾ ਲੱਗਦੇ ਨੇ ਔਰ ਬਾਅਦ ਵਿੱਚ ਉਸੇ ਤਰ੍ਹਾਂ ਖੁਦ ਵੀ ਗਾਇਬ ਹੋ ਜਾਂਦੇ ਨੇ। UNO ਤੱਕ ਉਹਨਾਂ ਨੇ ਇਹ ਆਵਾਜ਼ ਚੁੱਕੀ ਪੰਜਾਬ ਦੇ ਉਸ ਕਾਲੇ ਦੌਰ ਦੀ। ਪੁਲਿਸ ਪ੍ਰਸ਼ਾਸਨ 'ਤੇ ਵੀ ਕਈ ਸਵਾਲ ਉੱਠੇ। ਸੋ ਉਸ ਸਾਰੇ ਸਮੇਂ ਦੇ ਉਸ ਕਾਲੇ ਦੌਰ ਦੇ ਉੱਪਰ ਆਧਾਰਿਤ ਹੈ, ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜੀਵਨ ਦੇ ਉੱਪਰ ਆਧਾਰਿਤ ਹੈ ਫਿਲਮ, ਜਿਸ ਦੇ ਉੱਪਰ ਸੈਂਸਰ ਬੋਰਡ ਇਤਰਾਜ਼ ਜ਼ਾਹਰ ਕਰ ਰਿਹਾ ਕਿਉਂਕਿ ਹਾਲੇ ਤੱਕ ਨਾ ਤਾਂ ਇਸ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕੋਈ ਹਾਮੀ ਭਰੀ ਜਾ ਰਹੀ ਹੈ, ਪਰਮਿਸ਼ਨ ਮਿਲ ਰਹੀ ਹੈ। ਉਸ ਤੋਂ ਇਲਾਵਾ ਪਹਿਲਾਂ ਨਾਮ ਦੇ ਉੱਪਰ ਵਿਵਾਦ ਔਰ ਹੁਣ 85 ਦੇ ਕਰੀਬ ਜਿਹੜੇ ਸੀਨ ਨੇ ਉਹ ਕੱਟ ਦਿੱਤੇ ਗਏ ਨੇ।